ਤੱਛ ਕੋ ਫੈਤਵਾਰ ਤੋਂ ਸੰਖੇਪ ਪ੍ਰੋਗਰਾਮ ਸੱਚੇ ਸੱਚ ਵਿੱਚ ਜੀ ਡਾਟਸਰ ਸਾਡੇ ਕੋਲ ਅਗਲੀ ਈਮੇਲ ਆਈ ਹੈ ਵਰਜੀਨੀਆ ਤੋਂ ਪਰਮਜੀਤ ਸਿੰਘ ਜੀ ਦੀ ਇਹਨਾਂ ਦੀ ਲਿਖਤ ਦਾ ਵਿਸ਼ਾ ਹੈ ਆਈਐਸਆਈ ਐਂਡ ਪਠਾਨਕੋਟ ਕਨੈਕਸ਼ਨ ਇਹ ਲਿਖਦੇ ਹਨ ਸਤਿਕਾਰਯੋਗ ਡਾਕਟਰ ਸਾਹਿਬ ਅਤੇ ਬੀਬੀ ਨੀਲਮਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਕੀ ਤੁਸੀਂ ਐਸਆਈਐਸਆਈ ਅਤੇ ਪਠਾਨਕੋਟ ਜਾਂਚ ਪਿੱਛੇ ਛੁਪੀ ਸਚਾਈ ਬਾਰੇ ਦੱਸ ਸਕਦੇ ਹੋ ਇਹ ਪਹਿਲਾਂ ਕਦੇ ਨਹੀਂ ਹੋਇਆ 26 11 ਦੇ ਮੁੰਬਈ ਹਮਲਿਆਂ ਤੋਂ ਬਾਅਦ ਵੀ ਇਹ ਦੋ ਪਾਸਿਓਂ ਜਾਂਚ ਨਹੀਂ ਹੋਈ ਇਸ ਵਿੱਚ ਕੁਝ ਹੋਰ ਹੀ ਚੱਲ ਰਿਹਾ ਹੈ ਇਹ ਇੰਜ ਹੈ ਕਿ ਤੁਸੀਂ ਮਾਡਰਨ ਆਰਟ ਪੇਂਟਿੰਗ ਵੱਲ ਦੇਖ ਰਹੇ ਹੋ ਅਤੇ ਸੋਚ ਰਹੇ ਹੋ ਕਿ ਇਹ ਕੀ ਪੇਂਟ ਕੀਤਾ ਗਿਆ ਸੱਚ ਨੂੰ ਉਜਾਗਰ ਕਰਨ ਦੀ ਟੀਵੀ 84 ਦੀ ਤਾਕਤ ਅਤੇ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹਾਂ ਖਾਲਸਾ ਜਿੰਦਾਬਾਦ ਜੀ ਜਿੰਦਾਬਾਦ ਜਿੰਦਾਬਾਦ ਜੀ ਜੀ ਪਰਮਜੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਉਹ ਬਹੁਤ ਸਾਡੇ ਫੰਡ ਰੇਜ਼ਿੰਗ ਗਾਰਾ ਤੇ ਤਾਂ ਨਹੀਂ ਆਏ ਪਰ ਘਟੋ ਘਟ ਇਸ ਲਖਤਰਾਹੀਂ ਉਹਨਾਂ ਨੇ ਆਪਣੀ ਹਾਜ਼ਰੀ ਲਵਾਈ ਏ ਟੀਵੀ 84 ਨੂੰ ਉਹਨਾਂ ਨੇ ਐਪਰੀਸ਼ੀਏਟ ਕੀਤਾ ਅ ਗੱਲ ਮਾਡਰਨ ਆਰਟ ਪੇਂਟਿੰਗ ਤੋਂ ਕਰੀਏ ਕਿਉਂਕਿ ਉਹਨਾਂ ਨੇ ਬੜੀ ਖੂਬਸੂਰਤ ਗੱਲ ਕਹੀ ਔਰ ਇੱਕ ਸਿੱਖ ਆਰਟਿਸਟ ਨੂੰ ਜਦੋਂ ਪੁੱਛਿਆ ਗਿਆ ਕਿ ਜੀ ਮਾਡਰਨ ਆਰਟ ਕੀ ਏ ਤਾਂ ਉਹਨੇ ਕਿਹਾ ਜੀ ਵੀ ਘੋੜੇ ਦੀ ਪੂੰਛ ਨੂੰ ਰੰਗਾਂ ਚ ਲਬੇੜ ਕੇ ਕੈਨਵਸ ਦੇ ਉੱਤੇ ਮਾਰੋ ਤੇ ਜੋ ਬਣ ਜਾਏ ਉਹ ਮਾਡਰਨ ਆਰਟ ਹੈ ਤੋਂ ਨੂੰ ਤੁਸੀਂ ਟੰਗਦੇ ਉੱਥੇ ਲੋਕ ਆ ਕੇ ਉਹਦੇ ਹਰ ਕੋਈ ਮਤਲਬ ਕੱਢੇਗਾ ਕਿ ਵੀ ਦਾ ਆ ਇਹ ਫਲਾਣਾ ਹੈ ਵਾ 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 ਕੀ ਆਰਟ ਹੈ ਜੀ ਵੈਸੇ ਜੇ ਮੈਂ ਹੁਣ ਕਹਾਂ ਕਹੀਏ ਗੱਲ ਨੂੰ ਅੰਗਰੇਜ਼ੀ ਚ ਟ੍ਰਾਂਸਲੇਟ ਕਰਕੇ ਸੱਦੇ ਤਾਂ ਅਮਰੀਕਨ ਬਾਹਰ ਆ ਜਾਣਗੇ ਪ੍ਰੋਟੈਸਟ ਕਰਨਗੇ ਕਿਉਂਕਿ ਸਭ ਮਾਡਰਨ ਆਰਟੀ ਹੈ ਹੁਣ ਪੁਰਾਣੇ ਨੂੰ ਤਾਂ ਗਣਦੇ ਨੇ ਕਿ ਵੀ ਇਹ ਟਰੇਸ ਹੀ ਕਰਦੇ ਸੀ ਜੀ ਚਲੋ ਗੱਲ ਇਹਨਾਂ ਨੇ ਪਠਾਨਕੋਟ ਕਨੈਕਸ਼ਨ ਔਰ ਆਈਐਸਆਈ ਕਨੈਕਸ਼ਨ ਦੀ ਕੀਤੀ ਕਿ ਵੀ ਜਿਸ ਤਰੀਕੇ ਨਾਲ ਪਾਕਿਸਤਾਨੀ ਟੀਮ ਆਈ ਹੈ ਪਹਿਲਾਂ ਲਾਉ ਨਹੀਂ ਕੀਤਾ ਫਿਰ ਕਿਹਾ ਜੀ ਬੇਸ ਦੇ ਅੰਦਰ ਨਹੀਂ ਜਾ ਸਕਦੀ ਫਿਰ ਪ੍ਰੋਟੈਸਟ ਬਾਹਰ ਹੋ ਗਿਆ ਫਿਰ ਹੁਣ ਆਇਆ ਜੀ ਉਹ ਐਵੀਡੈਂਸ ਇਕੱਠੀ ਕਰ ਰਹੀ ਹੈ ਔਰ ਵਿਟਨੈਸ ਕਰ ਰਹੀ ਵੈਸੇ ਗੱਲ ਇਹਨਾਂ ਦੀ ਬਿਲਕੁਲ ਠੀਕ ਹੈ ਕਿ ਕੁਛ ਨਾ ਕੁਛ ਐਸਾ ਚੱਲ ਰਿਹਾ ਤੁਸੀਂ ਦੋਨੋਂ ਪਾਸੇ ਜਦੋਂ ਦੇਖਦੇ ਹੋਂ ਇੱਕ ਪਾਸੇ ਕਿਉਂਕਿ ਇੱਕ ਤਾਂ ਹੈ ਕਿ ਵੀ ਇਹ ਦੋਨੋਂ ਹੀ ਸ਼ਰਾਰਤੀ ਮੁੰਡੇ ਇੰਡੀਆ ਤੇ ਪਾਕਿਸਤਾਨ ਇਹ ਆਪਣੇ ਮਾਸਟਰ ਜੀ ਵੱਲ ਦੇਖਦੇ ਨੇ ਕਿ ਮਾਸਟਰ ਨੂੰ ਹੁਣ ਕਿਵੇਂ ਹੁਣ ਜਿਹੜੀ ਔਰ ਮੈਂ ਇਹ ਦੇ ਚ ਇਹ ਵੀ ਦੱਸ ਦਿਆਂ ਕਿ ਪਰਸੋਂ ਯਾਨੀ ਕਿ 1 April ਨੂੰ ਅ ਇੱਕ ਪ੍ਰੋਟੈਸਟ 11 ਤੋਂ 2 ਤੱਕ ਮੋਦੀ ਦੇ ਖਿਲਾਫ ਜਿਹੜਾ ਕਿ ਉਸ ਦਿਨ ਇੱਥੇ 25 ਤੋਂ 30 ਹੋਰ ਵੀ ਦੇਸ਼ਾਂ ਦੇ ਆਣੇ ਨੇ ਨਿਊਕਲੀਅਰ ਸਮਿਟ ਟਾਈਪ ਹੈ ਉਹਦੇ ਵਿੱਚ ਜਿਹੜਾ ਵੱਡਾ ਕਨਵੈਨਸ਼ਨ ਹਾਲ ਹੈ ਵਾਟਰ ਉਹਦੇ ਬਾਹਰ ਹੋਣੇ ਔਰ ਅਸੀਂ ਟੀਵੀ 84 ਦੀ ਟੀਮ ਵੱਲੋਂ ਉਹਨੂੰ ਲਾਈਵ ਕਵਰ ਵੀ ਕਰਾਂਗੇ ਮੈਂ ਵੀ ਪਾਰਟਿਸਿਪੇਟ ਕਰਾਂਗਾ ਸੋ ਉਹਦੇ ਵਿੱਚ ਪਾਰਟਿਸਪੇਸ਼ਨ ਕਰਨ ਸੋ ਉਹਦੇ ਜਨਵਾਦ ਸ਼ਰੀਫ ਨੇ ਵੀ ਆਣਾ ਸੀ ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਸਭ ਕੁਛ ਜਿਹੜਾ ਸਕੂਲ ਮਾਸਟਰ ਅਮਰੀਕਾ ਤੇ ਡੰਡਾ ਉਹਨੇ ਫੜਿਆ ਨਾਲ ਸੱਦੇ ਨੇ ਇੰਡੀਆ ਪਾਕਿਸਤਾਨ ਨੂੰ ਕਹਿਣਾ ਬਤਾਓ ਬਤਾਓ ਕੀ ਹੈ ਤੇ ਇਹ ਹੁਣ ਦੋਨੋਂ ਪਾਸੇ ਇਸ ਕਿਸਮ ਦੇ ਸਿਨੈਰੀਓ ਕ੍ਰੀਏਟ ਕੀਤੇ ਜਾ ਰਹੇ ਨੇ ਜਾਂ ਹੋਏ ਨੇ ਕਿਉਂਕਿ ਇਹਦੇ ਬਾਰੇ ਤਾਂ ਕੋਈ ਦੋ ਰਾਹਾਂ ਨਹੀਂ ਕਿ ਪਠਾਨਕੋਟ ਵਾਲਾ ਜਿਹੜਾ ਸਾਰਾ ਪਾਰਟ ਸੀ ਇਹ ਇਹਨਾਂ ਦਾ ਆਪਣਾ ਸਰ ਜਿਸ ਤਰੀਕੇ ਦੇ ਨਾਲ ਔਰ ਡਰੱਗ ਮਾਫੀਆ ਜ਼ਰੂਰ ਇਨਵੋਲਵ ਸੀ ਲੇਕਿਨ ਉਹਨਾਂ ਨੇ ਵੀ ਡਰੱਗ ਮਾਫੀਆ ਇਸਤੇਮਾਲ ਕਰਕੇ ਜੇ ਕੋਈ ਕਾਰਵਾਈ ਕੀਤੀ ਪਰ ਇਹ ਸਭ ਕੁਛ ਇਹਨਾਂ ਦੀ ਰਜ਼ਾ ਔਰ ਮਰਜ਼ੀ ਦੇ ਨਾਲ ਹੀ ਹੋਇਆ ਪਰ ਹੁਣ ਤੁਸੀਂ ਪਾਕਿਸਤਾਨ ਦਾ ਸਿਨੇਰੀਓ ਦੇਖੋ ਵੀ ਉੱਥੇ ਕੀ ਚੱਲ ਰਿਹਾ ਹੈ ਕਿ ਭਾਰਤੀ ਨੇਵੀ ਦਾ ਕਮਾਂਡੈਂਟ ਲੈਵਲ ਦਾ ਅਫਸਰ ਜਿਹੜਾ ਯਾਦਵ ਹੈ ਉਹਨੂੰ ਫੜਿਆ ਜਾਂਦਾ ਹੈ اسلامਾਬਾਦ ਲੈ ਆਉਂਦੇ ਇੰਡੀਅਨ ਹਾਈ ਕਮਿਸ਼ਨਰ ਨੂੰ ਸਮਨ ਕੀਤਾ ਜਾਂਦਾ ਹੈ ਕਿ ਭਾਈ ਤੁਹਾਡੀ ਇੰਟਰਫੀਰੈਂਸ ਹੈ ਔਰ ਜਿਹੜਾ ਇੰਡੀਆ ਉਹ ਰਿਜੈਕਟ ਕਰ ਰਿਹਾ ਕਹਿੰਦੇ ਹਾਂ ਸਾਡੇ ਕਮਾਂਡੈਂਟ ਤਾਂ ਹੈ ਸੀ ਸਾਡਾ ਹੈ ਨੇਵੀ ਦਾ ਪਰ ਉਹ ਰਿਟਾਇਰ ਹੋ ਗਿਆ ਸੀ ਔਰ ਉਹਨਾਂ ਨੇ ਜਿਹੜਾ ਪਾਕਿਸਤਾਨ ਨੇ ਪੂਰਾ ਬਿਲਟ ਔਰ ਉਹਦੀ ਇਵਨ ਕਨਫੈਸ਼ਨ ਸਟੇਟਮੈਂਟ ਹੈ ਕਿ ਈਰਾਨ ਦੀ ਜਿਹੜੀ ਚਾਹ ਬਹਾਰ ਰਿਪੋਰਟ ਹੈ ਉਹਦੇ ਚ ਉਹਨੇ ਇੱਕ ਮਾੜੀ ਮੋਟੀ ਬਿਜ਼ਨਸ ਸ਼ੁਰੂ ਕੀਤੀ ਹੋਈ ਸੀ ਇਸ ਯਾਦਵ ਨੇ ਕਿਵੇਂ ਬਲੋਚਿਸਤਾਨ ਦੇ ਵਿੱਚ ਐਂਟਰ ਕੀਤਾ ਔਰ ਜਿਹੜੀ ਬਲੋਚਿਸਤਾਨਾਂ ਦੀ ਇਹਨਾਂ ਨੇ ਬਣਾਈ ਹੋਈ ਹੈ ਨੈਸ਼ਨਲ ਆਰਮੀ ਉਹਦੇ ਰਾਹੀਂ ਪਾਕਿਸਤਾਨ ਦੇ ਵਿੱਚ ਗੜਬੜ ਕਰਵਾ ਰਹੇ ਨੇ ਔਰ ਉਹਦੀਆਂ ਸਾਰੀਆਂ ਕਨਫੈਸ਼ਨਸ ਉਹਨੇ ਦਿੱਤੀਆਂ ਨੇ ਔਰ ਇਹ ਖਬਰ ਹਾਲਾਂਕਿ ਮੈਂ ਡਿਸਕਸ ਨਹੀਂ ਸੀ ਕੀਤੀ ਕਿਉਂਕਿ ਮੈਨੂੰ ਵੀ ਲੱਗਦਾ ਸੀ ਕਿ ਵੀ ਇਹ ਸਾਰਾ ਕੁਝ ਇੱਕ ਦੋ ਪਾਸਿਓਂ ਚੱਲ ਰਿਹਾ ਹੈ ਇਹ ਉਧਰ ਉਹਨਾਂ ਨੇ ਪਠਾਨਕੋਟ ਆਪ ਕਰਾ ਕੇ ਕੀਤਾ ਤੇ ਪਾਕਿਸਤਾਨ ਨੇ ਵੱਡੀ ਐਵੀਡੈਂਸ ਕੱਢ ਲਈ ਹੈ ਕਿ ਤਾਂ ਕਿ ਹੁਣ ਉਹ ਅਮਰੀਕਾ ਹੋਂ ਤੱਕ ਤਾਂ ਇਹ ਕਹਿੰਦੇ ਸੀ ਨਾ ਜੀ ਇੰਡੀਅਨ ਕਿ ਜੀ ਸਬੂਤ ਦਿਓ ਕਿ ਅਸੀਂ ਬਲੋਚਿਸਤਾਨ 'ਚ ਗੜਬੜ ਕਰ ਰਹੇ ਆਂ ਅਸੀਂ ਪਾਕਿਸਤਾਨ 'ਚ ਕਰ ਰਹੇ ਆਂ ਔਰ ਬੇਸ਼ੱਕ ਜੀ ਤੱਕ ਕਿਸੇ ਪਾਕਿਸਤਾਨੀ ਨੇ ਚਾਰਜ ਨਹੀਂ ਲਾਇਆ ਔਰ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਲਾਹੌਰ ਵਿਚਲਾ ਵੀ ਬਲਾਸਟ ਹੈ ਕਿਉਂਕਿ ਸਰਬਜੀਤ ਸਿੰਘ ਹੋਏ ਕਸ਼ਮੀਰ ਸਿੰਘ ਹੋਏ ਇਦਾਂ ਦੇ ਬੰਦੇ ਭੇਜ ਕੇ ਬਲਾਸਟ ਕਰਵਾਉਂਦੇ ਰਹੇ ਇਹ ਵੀ ਇੰਡੀਅਨ ਏਜੰਸੀ ਰਾ ਦਾ ਕੰਮ ਹੋ ਸਕਦਾ ਹੈ ਇਸ ਲਈ ਕਿ ਜਿਹੜੀ ਦਲਬੀਰ ਕੌਰ ਖੋਤੀ ਭੈਣ ਸਰਬਜੀਤ ਸਿੰਘ ਦੀ ਬਣਾ ਕੇ ਪਲਾਂਟ ਕੀਤੀ ਹੋਈ ਹੈ ਜੋ ਹੀ ਇਹਨੂੰ ਯਾਦਵ ਨੂੰ ਫੜਿਆ ਪਾਕਿਸਤਾਨ ਨੇ ਨੇਵਲ ਨੂੰ ਉਹਦੀ ਸਟੇਟਮੈਂਟ ਆ ਗਈ ਔਰ ਸਾਰੇ মিডিਆ ਨੇ ਜਿਵੇਂ ਸਰਕਾਰੀ মিডিਆ ਉਹਨਾਂ ਦਾ ਕਰਦਾ ਹੈ ਉਹਨਾਂ ਨੇ ਕਿਹਾ ਜੀ ਇਹ ਬਿਲਕੁਲ ਯਾਦਵ ਇਨੋਸੈਂਟ ਹੈ ਉਹਦੇ ਮਾਪਿਓ ਕਹਿ ਰਹੇ ਨੇ ਦੇਖੋ ਇਨੋਸੈਂਟ ਹੈ ਇਹਵੇਂ ਉਹਨੂੰ ਫੜਿਆ ਜਿਵੇਂ ਮੇਰੇ ਭਰਾ ਨੂੰ ਫੜਿਆ ਨਾ ਉਹ ਭਰਾ ਪਤਾ ਨਹੀਂ ਕਿੱਥੋਂ ਲਿਆਂਦੇ ਹੈ ਉਹਨੂੰ ਸਾਹਮਣੇ ਕਰਨ ਦੇ ਫਿਲਮ ਵੀ ਬਣਾਤੀ ਆਇਸ਼ਵਰੇ ਰਾਏ ਵੀ ਆ ਗਈ ਦਰਬਾਰ ਸਾਹਿਬ ਸ਼ੂਟਿੰਗ ਹੋ ਰਹੀ ਹੈ ਸੋ ਇਹ ਤੁਸੀਂ ਜਦੋਂ ਸਾਰਾ ਕਨੈਕਸ਼ਨ ਦੇਖਦੇ ਹੋ ਤੇ ਇਹ ਚੱਲ ਉਹੀ ਰਿਹਾ ਕਿ ਬਈ ਦੋਨੋਂ ਹੀ ਇਹ ਜਿਹੜੇ ਨਿਆਣੇ ਨੇ ਇਹ ਮਾਸਟਰ ਨੂੰ ਦਿਖਾ ਰਹੇ ਨੇ ਕਿ ਦੇਖੋ ਸਾਡੇ ਇੰਟਰਫੀਅਰ ਕਰ ਰਹੇ ਨੇ ਉਹ ਕਹਿੰਦੇ ਜੇ ਸਾਡੇ ਕਰ ਰਹੇ ਨੇ ਔਰ ਗੱਲ ਸਿਰਫ ਇੱਥੋਂ ਤੱਕ ਹੀ ਨਹੀਂ ਗਈ ਕਿ ਉਹਨਾਂ ਨੇ ਜਿਹੜਾ ਉਹਨੂੰ ਫੜ ਲਿਆ ਉਹਨਾਂ ਦੇ ਹੱਥੋਂ ਚੰਗੀ ਐਵੀਡੈਂਸ ਆਈ ਔਰ ਉਹਨਾਂ ਨੇ ਤੋਤਾ ਬੋਲਣਾ ਵੀ ਲੱਗ ਗਿਆ ਜੀ ਹੁਣ ਜਿਹੜੀ ਅੱਜ ਦੀ ਖਬਰ ਹੈ ਇੱਕ ਹੋਰ ਉਹਦੇ ਚ ਇਹ ਹੈ ਕਿ ਬਈ ਜਿਹੜਾ ਪਾਕਿਸਤਾਨ ਦੇ ਵਿੱਚ ਕੋਈਟਾ ਚੁਣਾ ਨੇ ਅ 13 ਹੋਰ ਜਿਹੜੇ ਬੰਦੇ ਨੇ ਇਹ ਤਾਂ ਕੁਲ ਭੂਸ਼ਣ যাদব ਤਾਂ ਫੜਿਆ ਹੀ ਸੀ ਔਰ ਕੁਲ ਜਿਹੜੇ ਨੇ 15 ਮੋਰ 15 ਮੋਰ ਇੰਡੀਅਨ ਏਜੰਟਸ ਅਰੈਸਟਡ ਬਲੋਚਿਸਤਾਨ ਚੀਫ ਮਿਨਿਸਟਰ ਔਰ ਬਲੋਚਿਸਤਾਨ ਦੇ ਚੀਫ ਮਿਨਿਸਟਰ ਨੇ ਕਿਹਾ ਕਿ ਜੀ ਇਹ ਜਿਹੜਾ ਅਸੀਂ ਪਾਰਟ ਹੈ ਉਹਦੇ ਥੱਲੇ ਅਸੀਂ 15 ਹੋਰ ਭਾਰਤੀ ਫੜੇ ਨੇ ਜੀ ਔਰ ਉਹਦੇ ਚੁਣਾ ਨੇ ਜਿਹੜੀ ਇੱਕ ਹੋਰ ਖਬਰ ਹੈ अनਕਨਫਰਮਡ ਹੈ ਲੇਕਿਨ ਇਹ ਪਾਕਿਸਤਾਨ ਦਾ ਜਿਹੜਾ ਮਿਲਟਰੀ ਦਾ ਉਹਨਾਂ ਦਾ ਵੈਬਸਾਈਟ ਹੈ ਉਹਦੀ ਖਬਰ ਹੈ ਕਿ ਇੱਕ ਹੋਰ ਵੱਡਾ ਰਾ ਆਪਰੇਟਿਵ ਜਿਹੜਾ ਸ਼੍ਰੀਧਾਰ ਨੰਬੀ ਕੈਪਚਰਡ ਫ্রম ਪ੍ਰਾਈਮ ਮਿਨਿਸਟਰਜ਼ ਫੈਕਟਰੀ ਰਿਨਾਵਾਸ਼ ਸ਼ਰੀਫ ਦੀ ਜਿਹੜੀ ਫੈਕਟਰੀ ਹੈ ਇਹ ਪਾਕਿਸਤਾਨ ਇੰਟਰਨੈਟ ਸਿਕਿਉਰਿਟੀ ਦੇ ਉੱਤੇ ਡਿਸਕਸ ਹੋਇਆ ਐਡਮਿਨਿਸਟਰेटर ਨੇ ਕਿਹਾ ਕਿ ਅਨਦਰ ਰਾ ਆਪਰੇਟਿਵ ਸ਼੍ਰੀਧਾਰ ਨੰਬੀ ਅਰੈਸਟਡ ਫ্রম ਰਮਜ਼ਾਨ 슈ਗਰ ਮਿਲਜ਼ ਓਨਡ ਬਾਈ ਨਨ ਅਦਰ ਦੈਨ ਸ਼ਰੀਫ ਫੈਮਿਲੀ ਆਫ ਪ੍ਰਾਈਮ ਮਿਨਿਸਟਰ ਰਿਨਾਵਾਸ਼ ਸ਼ਰੀਫ ਹੀ ਵਾਸ ਅਰੈਸਟਡ ਵਿਦ ਵਨ ਅਕੰਪਲਿਸ਼ ਔਨ ਦਾ ਇੰਟੈਲੀਜੈਂਸ ਸ਼ੇਅਰਡ ਬਾਈ ਰਾ ਕਮਾਂਡਰ कोनु भूषण यादव इट इज एप्रोप्रिएट टू नोटिस दैट दिस इंडिविजुअल वाज एक्सेम्प्ट फ्रॉम पुलिस रिपोर्टिंग फॉर सम अननोन रीजन और उन्होंने पूरी वीजा डॉक्यूमेंट डिटेल देते होण जेड़ा तोता बोलण लाग गया है वो सारेया नु फड़ा रया और प्राइम मिनिस्टर नवाज शरीफ दी फैक्ट्री रमजान शुगर मिल दे विच ए बंदा है जिस ते पूरे डॉक्यूमेंट ने वो देते ने और इससे च उन्होंने और ए, ए है इंटेलिजेंस दा काम इंटेलिजेंस कोई सडका ते घूम के ਕੋਈ ਇੰਟੈਲੀਜੈਂਸ ਇਕੱਠੀ ਨਹੀਂ ਕਰਦੀ ਇਸ ਖਬਰ ਮੁਤਾਬਕ ਹੈ ਜੇ ਮੈਨੂੰ ਇਹ ਨਹੀਂ ਪਤਾ ਕਿ ਇਹ ਵੈਰੀਫਾਈਡ ਹੈ ਕਿ ਨਹੀਂ ਇਸ ਵੇਪਰ ਇਹਦੇ ਮੁਤਾਬਕ ਜਿਹੜੀ ਨਵਾਜ਼ ਸ਼ਰੀਫ ਦੀ ਆਪਣੀ 슈ਗਰ ਮਿਲ ਹੈ ਉਹਦੇ ਵਿੱਚ ਇਹ ਬੰਦਾ ਫੜਿਆ ਔਰ ਉਹਨਾਂ ਨੇ 26 ਬੰਦਿਆਂ ਦੀ ਲਿਸਟ ਦਿੱਤੀ ਹੈ ਜਿਹੜੇ ਰਾਹ ਪ੍ਰੋਟੈਕਟਿਵ ਹਿੰਦੂ ਨੇ ਜਿਹੜੇ ਉਸ 슈ਗਰ ਮਿਲ ਦੇ ਵਿੱਚ ਕੰਮ ਕਰਦੇ ਨੇ ਹੁਣ ਕੰਮ ਕਰਨ ਦਾ ਕੀ ਮਤਲਬ ਇਹਦਾ ਮਤਲਬ ਇਹ ਹੈ ਕਿ ਲਾਰਜੈਸਟ ਰਾ ਦਾ ਹੈੱਡਕੁਆਰਟਰ ਜਿਹੜਾ ਹਾਂ ਤੁਸੀਂ ਔਰ ਹੁੰਦਾ ਹੈ ਆਮ ਤੌਰ ਦੇ ਉੱਤੇ ਤੁਸੀਂ ਕਿੱਥੇ ਜਾਓਗੇ ਜਿੱਥੇ ਤੁਹਾਨੂੰ ਸ਼ੱਕ ਨਹੀਂ ਹੁੰਦਾ ਕਿ ਕੌਣ ਕਿੱਥੇ ਰਹਿ ਰਹੇ ਹੈ ਨਾ ਜੀ ਕਈ ਵਾਰੀ ਜੁਝਾਰੂਆਂ ਤੇ ਲੱਗਦਾ ਰਿਹਾ ਹੈ ਕਿ ਜੀ ਇਹ ਕਾਂਗਰਸੀਆਂ ਦੇ ਘਰੀ ਪਨਾਹ ਲੈਂਦੇ ਸੀ ਜੀ ਔਰ ਉਹਦਾ ਇੱਕ ਰੀਜ਼ਨ ਹੈ ਸ਼ਾਇਦ ਗੱਲ ਸਾਰੀ ਗਲਤ ਨਹੀਂ ਹੈ ਇਸ ਲਈ ਕਿ ਜੇ ਉਹਨਾਂ ਨੇ ਪਨਾਹ ਲੈਣੀ ਹੈ ਉਹ ਸਿੱਖ ਮਾਈਂਡਡ ਲੋਕਾਂ ਦੇ ਘਰਾਂ 'ਚ ਤਾਂ ਪਨਾਹ ਲੈਣੋਂ ਰਹਿ ਉਹ ਤਾਂ ਪੁਲਿਸ ਨੇ ਰੇਡ ਕਰਨੇ ਜਿੱਥੇ ਉਹਨਾਂ ਨੂੰ ਪਤਾ ਹੈ ਵੀ ਉਹਨਾਂ ਦੀ ਸਿਕਿਉਰਿਟੀ ਇੰਨੀ ਕਾਬ ਉਹਨਾਂ ਕੋਲ ਕੋਈ ਆਏਗਾ ਨਹੀਂ ਤੇ ਕਾਂਗਰਸੀ ਵੀ ਡਰਦੇ ਆ ਆਪਣਾ ਹੁੰਦੇ ਸੀ ਕਿ ਚਲੋ ਸਾਡੀ ਜਾਨ ਬਚੀ ਐ ਜੇ ਸਾਡੇ ਕੋਲ ਰਹਿੰਦੇ ਨੇ ਸਾਨੂੰ ਮਾਰਨਗੇ ਇਹ ਵੱਖਰੀ ਗੱਲ ਲੈ ਕੇ ਆਂਦਾ ਐਂਡ ਜਦੋਂ ਉਹ ਹੌਸਟਾਈਲ ਹੋਇਆ ਉਸ ਗੱਲ ਨੇ ਜ਼ਿਆਦਾ ਨੁਕਸਾਨ ਕੀਤਾ ਪਰ ਜੇ ਹੁਣ ਆਹ ਲਿਸਟ ਐ ਜੇ ਹੁਣ 18 ਬੰਦਿਆਂ ਦੇ ਮੈਂ ਨਾਂ ਨਹੀਂ ਪੜਾਂਗਾ ਕੋਈ ਵਕਤ ਦੀ ਸੀ ਮੈਂ ਲੇਕਿਨ ਸਾਰੇ ਹੀ ਹਿੰਦੂ ਨੇਮ ਨੇ ਜੇ 18 ਬੰਦੇ ਇਹਨਾਂ ਦਾ ਜਿਹੜਾ ਸ਼੍ਰੀ ਦਰਨੰਬਾਈ ਔਰ ਇਹਨਾਂ ਦਾ ਹੈਡ ਜਿਹੜਾ ਨੇਵਲ ਕਮਾਂਡਰ ਲੈਵਲ ਦਾ ਬੰਦਾ ਹੈ ਤੇ ਤੁਸੀਂ ਅੰਦਾਜ਼ਾ ਲਾਓ ਕਿ ਰਾ ਦਾ ਕਿੰਨਾ ਵਰਗਾ ਵੱਡਾ ਨੈਟਵਰਕ ਹੈ ਪਾਕਿਸਤਾਨ ਦੇ ਵਿੱਚ ਤੇ ਫਿਰ ਇਹ ਪਠਾਨਕੋਟ ਤੇ ਦੂਜੀ ਕਿਹੜੀ ਇਨਵੈਸਟੀਗੇਸ਼ਨ ਤੇ ਕੀ ਸੋ ਇਹਦੇ ਵਿੱਚ ਮੈਨੂੰ ਇਹ ਲੱਗਦਾ ਹੈ ਵੀ ਜੇ ਸਟੋਰੀ ਠੀਕ ਹੋਈ ਤੇ ਫੌਜ ਫਿਰ ਨਵਾਸ਼ ਸ਼ਰੀਫ ਨੂੰ ਵੀ ਹੱਥ ਪਾੜੇਗੀ ਕਿ ਓਕੇ ਬਹੁਤ ਵੱਡਾ ਟ੍ਰੈਚਰੀ ਦਾ ਕੰਮ ਹੈ ਇਹ ਗਦਾਰੀ ਹੈ ਜੀ ਜੇ ਇਹ ਖਬਰ ਠੀਕ ਹੋਏ ਕਿਉਂਕਿ ਮੈਂ ਇਹ ਕਹਿ ਰਹੇ ਹਾਂ ਵੀ ਮੈਂ ਆਈ ਡੋਟ ਵਾਊਚ ਫਾਰ ਦਾ ਐਕੂਰਸੀ ਅੱਜ ਜੀ ਮੈਨੂੰ ਮਿਲੀ ਔਰ ਕਿਉਂਕਿ ਈਮੇਲ ਇਸ ਵਿਸ਼ੇ ਦੇ ਉੱਤੇ ਹੈ ਤੇ ਮੈਂ ਇਹ ਦੇਖ ਰਿਹਾ ਕਿ ਦੋਨੋਂ ਪਾਸੇ ਕੀ ਗੇਮਾਂ ਚੱਲ ਰਹੀਆਂ ਨੇ ਪਰ ਸਾਡੇ ਲਈ ਔਰ ਇਹ ਵੀ ਆਇਆ ਜੀ ਕਿਉਂਕਿ ਲਾਹੌਰ ਦਾ ਬੰਮ ਤਮਾਕੇ ਹੋਏ ਨਵਾਜ਼ ਸ਼ਰੀਫ ਨਹੀਂ ਆ ਰਿਹਾ ਹੁਣ ਪਤਾ ਨਹੀਂ ਉਹ ਚੇਂਜ ਨਾ ਹੋ ਜਾਵੇ ਵੀ ਆ ਰਿਹਾ ਹੈ ਲੇਕਿਨ ਇਹ ਗੇਮਾਂ ਇਹਨਾਂ ਦੀਆਂ ਚੱਲ ਰਹੀਆਂ ਨੇ ਔਰ ਇਨੋਸੈਂਟ ਲੋਕ ਉਹ ਪਠਾਨਕੋਟ 'ਚ ਹੋਣ ਔਰ ਲਾਹੌਰ 'ਚ ਹੋਣ ਉਹ ਬਲੋਚਿਸਤਾਨ 'ਚ ਹੋਣ ਇਹ ਇੰਟੈਲੀਜੈਂਸ ਏਜੰਸੀਆਂ ਦੀ ਖਾਸ ਤੌਰ ਤੇ ਰਾਤ ਦੀ ਜਿਹੜੀ ਖੇਡ ਹੈ ਉਸ ਦਾ ਸ਼ਿਕਾਰ ਹੋ ਰਹੇ ਨੇ ਸੋ ਵੀਰ ਪਰਮਜੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਦਿੱਤੇ ਜੀ ਦੱਸੋ ਹੁਣ ਤੁਸੀਂ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ ਅੱਜ ਦੇ ਵਿਚਾਰ ਲਈ ਅਸੀਂ ਕਬੀਰ ਸਾਹਿਬ ਦਾ ਸ਼ਬਦ ਰਾਗ ਗੋੜੀ ਪੂਰਬੀ ਕਬੀਰ ਜੀ ਚੁਣਿਆ ਜੀ ਜੈ ਕਛ ਆਹਾ ਤਹਾ ਕਿਛ ਨਹੀਂ ਪੰਜ ਤਤ ਤੇ ਨਹੀਂ ਈੜਾ ਪਿੰਗਲਾ ਸੁਖਮਨ ਬੰਦੇ ਇਹ ਅਵਗਨ ਕਤ ਜਾਹੀ ਤਾਗਾ ਟੂਟਾ ਗगन ਬਿਨਸ ਗਿਆ ਤੇਰਾ ਬੋਲਤ ਕਹਾ ਸਮਾਈ ਇਹ ਸੰਸਾ ਮੋਕੋ ਅੰਦਨ ਵਿਆਪੈ ਮੋਕੋ ਕੋ ਨ ਕਹਿ ਸਮਝਾਈ ਜੈ ਬਰਪੰਡ ਪਿੰਡ ਤੈ ਨਾਹੀ ਰਚਨ ਹਾਰ ਤੈ ਨਾਹੀ ਜੋੜਨ ਹਾਰੋ ਸਦਾ ਅਤੀਤ ਇਹ ਕਹੀ ਹੈ ਕਿਸ ਮਾਹੀ ਜੋੜੀ ਜੁੜੈ ਨਾ ਤੋੜੀ ਟੂਟੈ ਜਬ ਲਗ ਹੋਏ ਬਿਨਾਸੀ ਕਾ ਕੋ ਠਾਕੁਰ ਕਾ ਕੋ ਸੇਵਕ ਕੋ ਕਾਹੂ ਕੋ ਜਾਸੀ ਕਹੋ ਕਬੀਰ ਲਿਵ ਲਾਗ ਰਹੀ ਹੈ ਜਹਾਂ ਬਸੇ ਦਿਨ ਰਾਤੀ ਉਹਾਂ ਦਾ ਮਰਮ ਉਹੀ ਜਾਣੇ ਉਹ ਤੋ ਸਦਾ ਬਨਾਸੀ ਜੀ ਸ਼ਬਦ ਲੰਮੇ ਪਰ ਇਹਦੀ ਇੱਕ ਤੁਕ ਸਾਰੇ ਨੁਕਤੇ ਨੂੰ ਐਕਸਪਲੇਨ ਕਰਦੀ ਹੈ ਕਹੋ ਕਬੀਰ ਲਿਵ ਲਾਗ ਰਹੀ ਹੈ ਕਿ ਕਬੀਰ ਸਾਹਿਬ ਫਰਮਾਉਂਦੇ ਨੇ ਕਿ ਜਦੋਂ ਰੰਕਾਰ ਦੇ ਨਾਲ ਲਿਵ ਲੱਗ ਜਾਂਦੀ ਹੈ ਫਿਰ ਕੀ ਹੁੰਦਾ ਜੈ ਕਚ ਆਹਾ ਤਹਾਂ ਕਿਛ ਨਹੀਂ ਪੰਜ ਤਤ ਤੇ ਨਹੀਂ فیر ਉਹਨੂੰ ਇਹ ਅਹਿਸਾਸ ਹੁੰਦਾ ਜਗਿਆਸੂ ਨੂੰ ਕਿ ਜੋ ਇਸ ਰੱਬ ਦੀ ਯਾਦ ਚ ਹੈ ਉਹ ਕਿਤੇ ਨਹੀਂ ਹੈ ਔਰ ਪੰਜਾਂ ਤਤਾਂ ਜਿਸ ਸਰੀਰ ਦੇ ਮੋਹ ਦੇ ਨਾਲ ਜਿਹੜਾ ਜੁੜ ਕੇ ਕੁਝ ਨਹੀਂ ਨਿਕਲਣਾ ਉਹ ਆਨੰਦੀ ਵਖਰੇ ਈੜਾ ਪਿੰਗਲਾ ਸੁਖਮਨ ਬੰਦੇ ਇਹ ਜੋਗੀਆਂ ਨੇ ਆਪਣਾ ਜਿਹੜਾ ਇੱਕ ਬਾਡੀ ਦਾ ਬਣਾਇਆ ਸੈਟਅਪ ਹਾਲਾਂਕਿ ਕੋਈ ਮੈਡੀਕਲ ਹੀ ਨਹੀਂ ਹੈ ਕਿ ਜਿਹੜੀ ਸੱਜੀ ਨਾਸਵਲ ਜਾਂਦੀ ਹੈ ਨਾੜੀ ਉਹ ਈੜਾ ਹੈ ਜਿਹੜੀ ਖੱਬੀ ਵੱਲੋਂ ਆਂਦੀ ਹੈ ਉਹ ਪਿੰਗਲਾ ਹੈ ਤੇ ਜਿਹੜੀ ਵਿਚਕਾਰੋਂ ਆਂਦੀ ਹੈ ਉਹ ਸੁਖਮਨ ਹੈ ਔਰ ਬਹੁਤ ਵਾਰੀ ਸੁਖਮਨਾਂ 나ੜੀ ਜਿਹੜੀ ਤ੍ਰਿਕੁਟੀ ਦੇ ਵਿਚਕਾਰ ਦੋਨਾ ਭਵਾਂ ਦੇ ਵਿਚਕਾਰ ਆਈ ਲੈਸ਼ਸ ਦੇ ਉਹਨੂੰ ਕਹਿੰਦੇ ਨੇ ਜੀ ਅਸੀਂ ਸੁਖਮਨ ਆਈ ਦੀ ਖੁੱਲ ਗਈ ਹੈ ਇਹ ਹੁਣ ਬਹੁਤ ਸੁਖ ਚ ਹੈ ਔਰ ਇਹਦੀ ਤ੍ਰਿਕੁਟੀ ਖੁੱਲ ਗਈ ਤਾਂ ਕਬੀਰ ਸਾਹਿਬ ਸਾਹਿਬ ਕਹਿੰਦੇ ਨੇ ਕਿ ਜਦੋਂ ਲਿਵ ਲੱਗ ਜਾਂਦੀ ਹੈ ਤਾਂ ਈੜਾ ਪਿੰਗਾ ਪਿੰਗਲਾ ਸੁਖਮਨਾਂ ਦਾ ਕੋਈ ਫਿਕਰ ਨਹੀਂ ਰਹਿੰਦਾ ਤਾਗਾ ਟੂਟਾ ਗगन ਬਿਨਸ ਜਦੋਂ ਮੋਹ ਦਾ ਤਾਗਾ ਟੁੱਟ ਗਿਆ ਮੋਹ ਤੁਹਾਡੇ ਚੋਂ ਨਿਕਲ ਗਿਆ ਫੇਰ ਤੇਰਾ ਬੋਲਤ ਕਹਾ ਸਮਾਈ ਫੇਰ ਉਸ ਰੱਬ ਦੀ ਯਾਦ ਤੋਂ ਬਿਨਾ ਹੋਰ ਕੋਈ ਚੀਜ਼ ਚੰਗੀ ਨਹੀਂ ਲੱਗਦੀ ਇਹ ਸੰਸਾਰ ਮੋਕੋ ਅੰਦਨ ਵਿਆਪੈ ਮੋਕੋ ਕੋ ਨਾ ਕਹਿ ਸਮ ਉਹਨਾਂ ਨੇ ਕਿਹਾ ਹੁਣ ਮੈਨੂੰ ਕੋਈ ਸ਼ੰਕਾ ਮੇਰੇ ਮਨ ਚ ਨਹੀਂ ਰਿਹਾ ਮੈਨੂੰ ਕਿਸੇ ਦੇ ਸਮਝਾਣ ਦੀ ਲੋੜ ਨਹੀਂ ਹੈ ਜੈ ਬਰਪੰਡ ਪਿੰਡ ਤੈ ਨਹੀਂ ਰਚਨ ਹਾਰ ਤੈ ਨਹੀਂ ਕਿ ਭਈ ਹੁਣ ਬਰਪੰਡ ਹੁੰਦਾ ਸਾਰਾ ਜਗਤ ਕਿ ਭਈ ਜੋ ਜਗਤ ਦੇ ਵਿੱਚ ਹੈ ਉਹੀ ਮੇਰੇ ਪਿੰਡੇ ਚ ਹੈ ਮੇਰੀ ਬਾਡੀ ਚ ਹੈ ਇਸ ਗੱਲ ਦੀ ਮੈਨੂੰ ਸਮਝ ਆ ਗਈ ਔਰ ਰਚਨ ਹਾਰ ਵਰ ਮੇਰਾ ਧਿਆਨ ਰਹਿੰਦਾ ਜੋੜਨ ਹਾਰੋ ਸਦਾ ਤੀਤਾ ਇਹ ਕਹੀ ਹੈ ਕਿਸ ਮਾਹੀ ਕਿ ਉਹ ਰੰਕਾਰ ਜੋੜਨ ਹਾਰਾ ਪਿੰਡੇ ਚ ਵੀ ਵਸਦਾ ਹੈ ਪਿੰਡ ਚ ਵੀ ਵਸਦਾ ਹੈ ਉਹ ਜਗਤ ਵੀ ਵਸਦਾ ਹੈ ਜੋੜੀ ਜੁੜੇ ਨਾ ਤੋੜੀ ਟੁੱਟੇ ਜਬ ਲਗ ਹੋਏ ਬਿਨਾਸੀ ਹੁਣ ਮੇਰੀ ਐਸੀ ਲਿਵ ਲੱਗੀ ਹੋਈ ਹੈ ਕਹੋ ਕਬੀਰ ਲਿਵ ਲਾਗ ਰਹੀ ਹੈ ਕਿ ਇਹ ਮੇਰੀ ਲਿਵ ਨਾ ਜੋੜਿਆ ਜੁੜਦੀ ਹੈ ਨਾ ਤੋੜਿਆ ਟੁੱਟਦੀ ਹੈ ਇਸ ਸਤਤ ਹੈ ਜਬ ਲਗ ਹੋਏ ਬਿਨਾਸੀ ਕਾ ਕੋ ਠਾਕੁਰ ਕਾ ਕੋ ਸੇਵਕ ਕੋ ਕਾਹੂ ਕੋ ਜਾਸੀ ਕੌਣ ਠਾਕਰ ਹੈ ਕੌਣ ਸੇਵਕ ਹੈ ਕਿਨੇ ਕਿੱਥੇ ਜਾਣਾ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈ ਮੇਰੀ ਪ੍ਰੀਤ ਆਪਣੇ ਪਿਆਰੇ ਨਾਲ ਹੈ ਔਰઠੇ ਪੈਰ ਮੇਰਾ ਧਿਆਨ ਉੱਥੇ ਜੁੜਿਆ ਹੈ ਕਹੋ ਕਬੀਰ ਲਵ ਲਾਗ ਰਹੀ ਹੈ ਜਹਾਂ ਬਸੇ ਦਿਨ ਰਾਤੀ ਦਿਨ ਰਾਤ ਮੈਂ ਉਹਦੇ ਪਿਆਰੇ ਦੀ ਪ੍ਰੀਤ ਚਾ ਉਹ ਕਾ ਮਰਮ ਉਹੀ ਜਾਣੇ ਮਰਮ ਹੁੰਦਾ ਹੈ ਭੇਦ ਦੀ ਗੱਲ ਇਹ ਕਹਿੰਦਾ ਨਾ ਦਿਲਾਂ ਦਾ ਮਹਿਰਮ ਮਰਮ ਇਹ ਉਹ ਦਿਲ ਦੀਆਂ ਗੱਲਾਂ ਨੇ ਜਿਹੜੇ ਔਰ ਇਸ ਤੋਂ ਹੀ ਬਣਿਆ ਜਿਹੜੇ ਬਹੁਤ ਸੈਂਸਿਟਿਵ ਥਾਂ ਬੋਡੀ ਤੇ ਹੁੰਦੀ ਹੈ ਉਹਨੂੰ ਪੰਜਾਬੀ ਚ ਕਹਿੰਦੇ ਨੇ ਮਰਮ ਸਥਾਨ ਜੀ ਤੇ ਇਹ ਜਿਹੜਾ ਅੰਦਰਲਾ ਮਰਮ ਹੈ ਇਹ ਸਿਰਫ ਉਹੀ ਜਾਣਦਾ ਜਿਹਦੇ ਨਾਲ ਤੁਹਾਡੀ ਪ੍ਰੀਤ ਲੱਗੀ ਹੈ ਜੇ ਉਹ ਸਮਝ ਸਕੇ ਜਿਗਿਆਸੂ ਨੂੰ ਇਸ ਗੱਲ ਦੀ ਸਮਝ ਹੋਏ ਕਿ ਭਾਈ ਮੇਰਾ ਅਲਟੀਮੇਟ ਰੰਗਕਾਰ ਹੈ ਕਹੋ ਕਬੀਰ ਲਿਵ ਲਾਗ ਰਹੀ ਹੈ ਜਹਾਂ ਬਸੇ ਦਿਨ ਰਾਤੀ ਉਹ ਆ ਕਾ ਮਰਮ ਉਹੀ ਜਾਣੇ فیر ਨਿਰੰਕਾਰ ਤੁਹਾਡਾ ਉਸ ਮਰਮ ਨੂੰ ਉਸ ਭੇਤ ਨੂੰ ਜਾਣਦਾ ਹੈ ਉਹ ਤੋ ਸਦਾ ਬినాਸੀ ਕਿਉਂਕਿ ਉਹ ਨਿਰੰਕਾਰ ਵਿਨਾਸ਼ ਨਾਸ਼ ਨੂੰ ਕਹਿੰਦੇ ਨੇ ਅਬినాਸੀ ਜਿਹੜਾ ਨਾਸ਼ ਨਾ ਹੋਏ ਉਹ ਪਿਆਰਾ ਹੈ ਕਦੇ ਵੀ ਨਾਸ਼ ਹੋਣ ਵਾਲਾ ਨਹੀਂ ਹੈ ਸੋ ਇਹ ਅੱਜ ਦਾ ਵਿਚਾਰ ਜੀ ਰਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸ ਨੇ ਆਪਣੇ ਵੀਅਰਸ ਕਲੇ ਨੇ ਇਜਾਜ਼ਤ ਵੀਅਰਸ ਤੁਹਾਡਾਈ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਕੀਮਤੀ ਵਿੱਚੋਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ رائے ਤੇ ਸੁਝਾਅ ਭੇਜਿਓ ਨਾ ਤਾਂ ਇਸ ਤਰ੍ਹਾਂ ਪੇਜਦੇ ਰਹਿਣਾ ਸਾਡੇ ਇਸ ਪਤੇ ਤੇ SOS ATV 24.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਬ੍ਰਾਂਡ ਸੁਣਾ ਗਿਆ ਦੋ ਦੇਖਦੇ ਰਹੋ TV 24 ਬਰਾਦੇਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਪਾਵਾਟ ਕੀ ਫਤੇ ਵਾਹਿਗੁਰੂ ਜੀ ਕੀ ਫਤੇ